ਘਰ ਹੀ ਬਣਾਈ ਛੋੜੀ ਯਾਰਾ ਨੀ ਕੱਲ ਤੂੰ ਬੇਇੱਜ਼ਤ ਕਰਵਾਇਆ ਯਾਰਾ ਕੱਲ ਬੇਇੱਜ਼ਤ ਕਰਵਾਇਆ ਇਨਸਾਨ ਦਾ ਪੁੱਤਰ ਹੈ ਤੂੰ ਦੁਕਾਨਾਂ ਉੱਪਰ ਗਿਆ ਜਾ ਕੇ ਆਉਣਾ ਜੀ ਪੈਪਸੀ ਦੀਆਂ ਦੋ ਬੋਤਲਾਂ ਦੇ ਉਹਨਾਂ ਦਿੱਤੀਆਂ ਉਹਨਾਂ ਕਿਹਾ ਪੈਸੇ ਆਪਣਾ ਮਾੜੀ ਅਮੀ ਨੇ ਖਾਤੇ 'ਚ ਲਿਖੋ ਉਸ ਦਾ ਲਈ ਜੁਤੀ ਉਸ ਕਿਹਾ ਤੇਰੇ ਖਾਤਾ ਕਿਧਰੋਂ ਆਇਆ ਉਹਦੇ ਖੂਹ ਖਾਤਾ ਅੰਮੀ ਸਾਹਿਬ ਤੇ ਤੁਹਾਡੀ ਨਾਲ ਪਹੁੰਚ ਮੈਂ ਬਾਣਾ ਹੀ ਪਿਆਲਾ ਇਸ ਲਈ ਗੱਲਾਂ ਨਾ ਮੈਂ ਭੈੜਾ ਨਾ ਮਨਾਣਾ ਨਾ ਵੀ ਕਦਾ ਗੁੱਸਾ ਆਇਆ ਪਤਾ ਕੀ ਆ ਇਹ ਮਾੜੇ ਪਿਆਰ ਦੀ ਪਹਿਲੀ ਨਿਸ਼ਾਨੀ ਨਹੀਂ ਉਹਦਾ ਪੂਰੇ ਮਹੱਲੇ ਪੂਰੇ ਗ੍ਰਾਂ 'ਚ ਮੈਨੂੰ ਲੋਕ ਆਖਣ ਨਾ ਤੂੰ ਤੇ ਐਂ ਕਿਸੇ ਕੁੱਤੇ ਦਾ ਪੁੱਤਰ ਹੈ ਅਗਲੇ ਦਾ ਗਿਆ ਹੈ ਬਾਕੀ ਬਾਕੀ ਰਫੀਕ ਸਾਹਿਬ ਦੀ ਦੁਕਾਨ ਤੋਂ ਬੇਇੱਜ਼ਤ ਹੋਇਆ ਮਰਹਬਾ ਸਟੋਰ ਤੋਂ ਦੋ ਬੰਦੇ ਦੇਖ ਚੁੱਕ ਕੇ ਲਿਆ ਰਹੇ ਧਮਾਲ ਬਾਣੀ ਸ਼ੁਰੂ ਕਰ ਦਿੱਤੀ ਉਹਨਾਂ ਅੱਗੇ ਜੀ ਤੂੰ ਜਿਤਨਾ ਮਰਜ਼ੀ ਇੱਥੇ ਧਮਾਲਾਂ ਬਾ ਦੇਖ ਅਸਾਂ ਫਰੀ ਮਾਮ ਜਾ ਕੇ ਵੰਡਣੀ